मैं मजदूर वर्ग करके सुना जाता है औकात तो मगर लग गए कदे पजामे लिबड़ आले दे मगर लग गए कदे किसे दे मगर लग गए। एदे विच कोई शक नहीं कि जदों पंजाब दे विच पानी आया तुहाडा सरकार ने घट ते पंजाब दे NRI और जेहड़े साडे पंजाब दे दानी सज्जना उन्होंने साथ तुहाडा ज्यादे निभाया, एदे विच कोई शक नहीं। वाहिगुरु जी का खालसा, वाहिगुरु जी की फतेह। पंजाब दे लोको, उदों पहला मैं तुहानूं गल सुनाऊंगा। इस टाइम जेहड़े मजदूर आ जिन्हां दे घरे लंगर पहुंचिया सीगा जिधर पानी आया, ਉਹ ਗੱਲ ਧਿਆਨ ਨਾਲ ਸੁਣ ਲਓ। ਜੇ ਤੁਹਾਡੀਆਂ ਸਰਕਾਰਾਂ ਮਾੜੀਆਂ ਤਾਂ ਕਰਕੇ ਹਰ ਕੋਈ ਤੁਹਾਨੂੰ ਜੁੱਤੀ ਤੇ ਰੱਖ ਲੈਂਦਾ। ਤੁਸੀਂ ਨਾ ਤਾਂ ਕਦੇ ਤੁਹਾਡੀ ਔਕਾਤ ਆ ਨਾ ਜਿਹੜੀ ਤੁਹਾਡੀ ਮਜ਼ਦੂਰੋਂ ਔਕਾਤ ਉਹ ਆ ਕਿ ਜਦੋਂ ਕੋਈ ਤੁਹਾਡੇ ਘਰ ਵੋਟ ਮੰਗਣ ਆਉਂਦਾ ਉਦੋਂ ਬੂਥਾ ਚੱਕ ਕੇ ਅਗਲੇ ਨਾਲ ਜੀ ਜੀ ਕਰਦੇ ਆ। ਹੁਣ ਆ ਗੱਲ ਸੁਣ ਲਓ ਜਿਹੜੀ ਤੁਹਾਨੂੰ ਲਾਂਤ ਪੈ ਰਹੀ ਆ, ਗੱਲਾਂ ਗੱਲਾਂ ਦੇ ਵਿੱਚ ਸਾਡਾ ਭਰਾ ਤੁਹਾਨੂੰ ਇੱਕ ਲਾਂਤ ਪਾ ਰਿਹਾ, ਉਹ ਸੁਣ ਲਓ ਜੇ ਪਹਿਲਾਂ। ਆਹ ਲਾਂਤ ਸੁਣੋ, ਇਹ ਆ ਚੈੱਕ ਕਰੋ। ਬਈ ਇਹਦੇ ਵਿੱਚ ਇਹ ਭਰਾ ਸਾਡੇ ਨੇ ਇਹ ਗੱਲ ਕਹੀ ਆ ਕਿ ਜਿਹੜਾ ਅਸੀਂ ਰਾਸ਼ਨ ਉਹ ਸਾਰਿਆਂ ਦੇ ਘਰੇ ਪਹੁੰਚਾਇਆ ਤੇ ਜਿਹੜੇ ਮਜ਼ਦੂਰ ਵਰਗ ਆ, ਮਜ਼ਦੂਰ ਵਰਗਾਂ ਦੇ ਵਿੱਚ ਕੱਲੇ SC BC ਨਹੀਂ ਆਉਂਦੇ, ਮਜ਼ਦੂਰ ਵਰਗਾਂ ਦੇ ਵਿੱਚ SC BC ਜਰਨਲ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਆਉਂਦੇ ਆ। ਮੈਂ ਮਜ਼ਦੂਰ ਵਰਗ ਦੀ ਗੱਲ ਕਰ ਰਿਹਾ। ਤੁਹਾਨੂੰ ਅਗਲਾ ਹਰ ਕੋਈ ਕਿਵੇਂ ਨਾ ਕਿਵੇਂ ਕਰਕੇ ਸੁਣਾ ਜਾਂਦਾ ਇਹ ਔਕਾਤ ਤੁਹਾਡੀ ਆ। ਜੇਕਰ ਤੁਹਾਡੀ ਸਰਕਾਰ ਬਾਂਹ ਫੜਦੀ ਤਾਂ ਤੁਹਾਨੂੰ ਕੋਈ ਸੁਣਾਉਣ ਵਾਲਾ ਨਹੀਂ ਹੋਣਾ ਸੀ। ਤੁਸੀਂ ਆ ਮਗਰ ਲੱਗ ਗਏ, ਕਦੇ ਪਜਾਮੇ ਲਿਬੜ ਵਾਲੇ ਦੇ ਮਗਰ ਲੱਗ ਗਏ, ਕਦੇ ਕਿਸੇ ਦੇ ਮਗਰ ਲੱਗ ਗਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਪੰਜਾਬ ਦੇ ਵਿੱਚ ਪਾਣੀ ਆਇਆ ਤੁਹਾਡਾ ਸਰਕਾਰ ਨੇ ਘੱਟ ਤੇ ਪੰਜਾਬ ਦੇ NRI ਔਰ ਜਿਹੜੇ ਸਾਡੇ ਪੰਜਾਬ ਦੇ ਦਾਨੀ ਸੱਜਣਾ ਉਹਨਾਂ ਨੇ ਸਾਥ ਤੁਹਾਡਾ ਜ਼ਿਆਦੇ ਨਿਭਾਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਇਹ ਸਾਡਾ ਸੱਜਣ ਕਹਿ ਰਿਹਾ ਕਿ ਜਿਹੜੀ ਜੀਰੀ ਇਹਨਾਂ ਦੇ ਕਹਿੰਦੇ ਸਾਡੇ ਝੋਨਾ ਕਹਿੰਦੇ ਆ, ਜਿਹੜਾ ਝੋਨਾ ਲੱਗ ਰਿਹਾ ਉਹਦੇ ਵਿੱਚ ਕੁਝ ਮਜ਼ਦੂਰ ਹੋਣਗੇ ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਭਾਈ 5000 ਲਵਾਂਗੇ। ਇਹਦੇ ਵਿੱਚ ਭਾਈ ਸਾਡਾ ਇਹ ਕਹਿੰਦਾ ਕਿ ਇਹ ਭਾਈਚਾਰੇ ਵਾਲੀ ਕੋਈ ਗੱਲ ਨਹੀਂ ਗੀ, ਇਹ ਤੁਹਾਡੇ ਵਾਸਤੇ ਗੱਲ ਗਲਤ ਆ। ਕਹਿੰਦਾ ਜੇ ਕਿਸਾਨ ਤੇ ਵਿਪਤਾ ਪਈ ਆ, ਹੁਣ ਮੈਂ ਇਹ ਵੀ ਕਹਿ ਦਿੰਦਾ ਕਿਸਾਨ ਜੱਟ ਨਹੀਂ ਗਾ, ਮੈਂ ਜੱਟ ਦੀ ਗੱਲ ਨਹੀਂ ਕਰ ਰਿਹਾ। ਕਈ ਮੈਂ ਤੁਹਾਨੂੰ ਕਈ ਲਾਲਿਆਂ ਦੇ ਵਿੱਚੋਂ ਵਿਖਾ ਦਿੰਦਾ ਜਿਹੜੇ ਲਾਲੇ ਭਰਾਵਾ ਆਪਣੂੰ ਪੰਜਾਬੀ ਚ ਕਹਿੰਦੇ, ਮੈਂ ਕੋਈ ਸ਼ਬਦ ਗਲਤ ਨਹੀਂ ਬੋਲ ਰਿਹਾ। ਉਹ ਲਾਲਿਆਂ ਕੋਲ 100-100 ਕਿੱਲਾ ਪੈਲੀ ਦਾ ਵਿਖਾ ਦਿੰਦਾ। ਕਈ ਇਹੋ ਜਿਹੇ ਵਿਅਕਤੀ ਬੈਠੇ ਆ ਆਪਣੇ SC ਭਾਈਚਾਰੇ ਚੋਂ ਆ ਜਿਨ੍ਹਾਂ ਕੋਲ ਵਾਧੂ ਪੈਲੀ ਪਈ ਆ, ਕਈ BC ਕੈਟਾਗਰੀ ਚੋਂ ਆ ਜਿਨ੍ਹਾਂ ਕੋਲ ਪੈਲੀਆਂ ਪੱਠੇ ਵਾਧੂ ਆ। ਕੱਲੇ ਜ਼ਿਮੀਦਾਰ ਕੋਲ ਪੈਲੀ ਨਹੀਂ, ਉਹ ਕੱਲਾ ਸਾਡਾ ਜਿਹੜਾ ਭਰਾ ਜ਼ਿਮੀਦਾਰ ਕਿਸਾਨ ਨਹੀਂ, ਕਿਸਾਨ ਕਿਸਾਨ ਆ, ਕਿਸਾਨ ਉਹ ਜਿਹਦੇ ਕੋਲ ਪੈਲੀ ਜਿਹੜਾ ਵਾਈ ਬੀਜੀ ਕਰਦਾ। ਹੁਣ ਇਹਦੇ ਵਿੱਚ ਮੈਂ ਜੇ ਗੱਲ ਕਰਾਂ, ਮੈਂ ਕਿਸੇ ਵੀ ਜਾਤ ਔਰ ਧਰਮ ਦੇ ਖਿਲਾਫ ਨਹੀਂ ਬੋਲ ਰਿਹਾ, ਪਰ ਮੈਂ ਸਿਰਫ ਜਵਾਬ ਦੇ ਰਿਹਾ। ਹੁਣ ਇਸ ਟਾਈਮ ਇਹ ਭਾਈ ਸਾਹਿਬ ਕਹਿ ਰਹੇ ਆ ਕਿ 2000 ਰੁਪਇਆ ਲਵਾਈ ਦੇਣੀ ਸੀ। ਆ ਸਾਲ ਕੀ ਹੋਇਆ ਨਾ, ਮੈਂ 6-7 ਮਹੀਨੇ ਹੋਏ ਨੰਗਿਆਂ ਨੂੰ, ਤੂੜੀ ਦੀ ਟਰਾਲੀ 5-5 ਹਜ਼ਾਰ ਰੁਪਏ ਦੀ ਵਿਕੀ ਆ, 6-6 ਹਜ਼ਾਰ ਰੁਪਏ ਦੀ ਤੂੜੀ ਦੀ ਟਰਾਲੀ ਵਿਕੀ ਆ। ਨਾਲ ਮੈਂ ਇਹ ਵੀ ਕਹਿ ਦਿੰਦਾ ਕਿ ਕਈ ਪੰਜਾਬ ਦੇ ਪਿੰਡ ਇਹੋ ਜਿਹੇ ਆ ਜਿੱਥੇ ਸਾਡੇ ਜ਼ਿਮੀਦਾਰ ਭਾਈਚਾਰਿਆਂ ਨੇ, ਮੈਂ ਹੁਣ ਇੱਥੇ ਕਹਿ ਰਿਹਾ ਸਾਡੇ ਜੱਟ ਭਾਈਚਾਰਿਆਂ ਨੇ ਕਈਆਂ ਨੂੰ ਤੂੜੀ ਫ੍ਰੀ ਬਣਾ ਕੇ ਦਿੱਤੀ ਆ। ਕਈ ਪਿੰਡ ਇਹੋ ਜਿਹੇ ਆ ਜਿਨ੍ਹਾਂ ਦੇ ਮੈਨੂੰ ਫੋਨ ਵੀ ਆਏ ਆ। ਜੇ ਹੁਣ ਗੱਲ ਕਰਾਂ ਕਿ ਭਾਈ ਜਿਹੜੇ ਵਿਅਕਤੀ ਜਿਹੜੇ ਤਾਂ ਜਿਨ੍ਹਾਂ ਨੇ ਵਿਚਾਰਿਆਂ ਨੇ ਤੇਲ ਖਰਚੇ ਲਿਆ 1000 ਰੁਪਏ ਚ ਟਰਾਲੀ ਬਣਾਤੀ, ਉਹਦੇ ਵਿੱਚ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ। ਪਰ ਜਦੋਂ 5-5 ਹਜ਼ਾਰ ਦੀ ਤੂੜੀ ਦੀ ਟਰਾਲੀ ਵਿਕੀ ਆ, ਉਦੋਂ ਇਹ ਸੱਜਣ ਜਿਹੜੇ ਬੋਲਣ ਵਾਲੇ ਸੀ, ਮਜ਼ਦੂਰਾਂ ਨੂੰ ਕਹਿਣ ਵਾਲੇ ਸੀ, ਸਾਂਝੀ ਵਾਰਤਾ ਵਾਲੇ ਸੀ, ਭਾਈਚਾਰੇ ਦੀ ਗੱਲ ਕਰਨ ਵਾਲੇ ਸੀ, ਉਦੋਂ ਇਹ ਕਿੱਧਰ ਗਏ ਸੀ? ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਬੋਲ ਰਿਹਾ, ਮੇਰਾ ਅਧਿਕਾਰ ਆ ਸਵਾਲ ਕਰਨਾ, ਮੈਂ ਸਿਰਫ ਦੱਸ ਰਿਹਾ। ਮੈਂ ਵੀ ਮਜ਼ਦੂਰਾਂ ਦੇ ਘਰੋਂ ਸੰਬੰਧਿਤ ਹਾਂ। ਜਦੋਂ ਗੱਲ ਕਦੇ ਵੀ ਕਿਸਾਨ ਤੇ ਵਿਪਤਾ ਪਵੇ, ਮਜ਼ਦੂਰ ਵਰਗ ਜਿਹੜਾ ਕੋਈ ਮਾੜਾ ਮੋਟਾ ਭਾਈ ਆਪਦਾ ਹੈਗਾ ਉਹ ਜਾਂਦਾ। ਜਦੋਂ ਦਿੱਲੀ ਦੀ ਗੱਲ ਆਈ ਆ, 5-6 ਵਾਰੀ ਮੈਂ ਦਿੱਲੀ ਜਾ ਕੇ ਆਇਆ, 2-2 ਦਿਨ ਰਹਿ ਕੇ ਆਇਆ, ਔਰ ਕਈ ਮਜ਼ਦੂਰ ਗਏ ਆ
पर जदों मजदूरां दे लाठीचार्ज होया उदों भाई छेती किते कोई बोलदा नहीं गा। ये गल ना भुलिया करो, जेकर भाई जी राशन की गल आई आ तो यह पंजाब नूं यह बाबा गुरु नानक देव जी ने सौंपिया होया। ए चीज लगूगी 20 रुपये वाला लंगर चली जांदा और चलता रहना। याद रख लो, ना तुसी लाऊंगे ना मैं लाऊंगे, परमात्मा दा गुरु नानक देव जी दा लंगर चलदा। और जेड़ा गुरु नानक देव जी दा लंगर आ भाई वह घर घर पहुंचूगा। पर जे गल करिए किसे दे वल्लों आया वह किसे दे घरे पहुंचूगा किसे दे घरे नहीं पहुंचूगा। सरकार दा जेड़ा लंगर हुंदा, हालांकि हुंदा लोकां दे पैसे दा, सरकार दा लंगर उन्हां घरे पहुंचदा जेड़े उन्होंने चंगी बहनी उठनी हुंदी आ। फिर अगो ओहदी मर्जी आ, किनू राशन दिंदा किनू नहीं दिंदा, ए सरकार दी नहीं, मैं सारियां सरकारां दी गल करदा। ते जेड़ा गुरु नानक देव जी दा 20 रुपयां दा लंगर हुंदा ਉਹ ਘਰ ਘਰ ਪਹੁੰਚਦਾ। ਨਾ ਉਹ ਲੰਗਰ ਵੇਖੇ ਹਿੰਦੂ ਦਾ ਘਰ, ਨਾ ਉਹ ਸਿੱਖ ਦਾ ਘਰ ਵੇਖੇ, ਨਾ ਉਹ ਈਸਾਈ ਦਾ ਵੇਖੇ, ਨਾ ਮੁਸਲਮਾਨ ਦਾ ਵੇਖੇ। ਇਹ ਹੁੰਦਾ ਗੁਰੂ ਨਾਨਕ ਦੇਵ ਜੀ ਦਾ ਲੰਗਰ। ਇਹ ਸਾਨੂੰ ਗੱਲਾਂ ਕਹਿਣੀਆਂ ਬਣਦੀਆਂ ਨਹੀਂ ਕਿ ਅਸੀਂ ਲੰਗਰ ਸਾਰਿਆਂ ਦੇ ਘਰੇ ਦਿੱਤਾ। ਇਹ ਆ ਗਈ ਤੂੜੀ ਦੀ ਟਰਾਲੀ ਦੀ ਗੱਲ ਕਿ ਉਦੋਂ ਇਹਨਾਂ ਨੂੰ ਨਹੀਂ ਪਤਾ ਵੀ ਮਜ਼ਦੂਰਾਂ ਦਾ ਜਿਹੜੇ ਘਰ ਆ ਭਾਈ ਉਹ ਇੰਨੀ ਮਹਿੰਗੀ ਟਰਾਲੀ ਨਹੀਂ ਲੈ ਸਕਦੇ। ਮੈਂ ਫਿਰ ਤੋਂ ਕਹਿ ਰਿਹਾ, ਕਈ ਪਿੰਡਾਂ ਦੇ ਵਿੱਚ ਇਹੋ ਜਿਹੇ ਵਿਅਕਤੀ ਬੈਠੇ ਆ ਸਾਡੇ ਕਿਸਾਨ ਭਾਈਚਾਰਾ ਜਿਹੜਾ ਲੋਕਾਂ ਨੂੰ ਫ੍ਰੀ ਵੀ ਟਰਾਲੀਆਂ ਦੇ ਦਿੰਦਾ ਤੂੜੀ ਦੀਆਂ, ਔਰ ਕਈ 1000-1200 ਤਾਂ ਅਗਲੇ ਨੇ ਤੇਲ ਖਰਚਾ ਲੈਣਾ ਹੀ ਆ, ਪਰ 5-5 ਹਜ਼ਾਰ ਦੀ ਗੱਲ ਆਉਂਦੀ ਆ। ਜੇ ਗੱਲ ਕਰੀਏ ਛਿੱਟੀਆਂ ਦੀ, ਜਦੋਂ ਨਰਮੇ ਹੁੰਦੇ ਆ ਤੇ ਛਿੱਟੀਆਂ ਵੱਜ ਜਾਂਦੀਆਂ, ਛਿੱਟੀਆਂ ਜਾ ਕੇ ਭੱਠੇ ਤੇ ਵਿਕਦੀਆਂ। ਜੇਕਰ ਕਿਸੇ ਭੱਠੇ ਤੇ ਵਿਕ ਜਾਂਦੀਆਂ, ਜੇ ਭੱਠੇ ਤੇ ਨਾ ਵਿਕਣ ਤਾਂ ਜਦੋਂ ਕਿਸੇ ਮਜ਼ਦੂਰ ਦੇ ਘਰੇ ਜਾਂਦੀਆਂ, ਉਹ ਵੀ ਟਰਾਲੀ 2500-3000 ਰੁਪਏ ਤੱਕ ਦੀ ਮਿਲਦੀ ਜਦੋਂ ਮੁੱਲ ਮਿਲਦੀ ਆ। ਉਦੋਂ ਭਾਈ ਸਾਹਿਬ ਇਹ ਸਾਂਝੀ ਵਾਰਤਾ ਦੀ ਗੱਲ ਆਪਾਂ ਵੀ ਕਰਿਆ ਕਰੀਏ, ਮੇਰੀ ਬੇਨਤੀ ਆ। ਆਹ ਪਿਛਲੇ ਸਾਲ ਦੀ ਗੱਲ ਆ, ਇੱਕ ਇੱਥੇ ਪਿੰਡ ਰਹਿੰਦਾ, ਮੇਰੇ ਨਾਲ ਹੀ ਪਿੰਡ ਆ ਇੱਥੇ, ਆ ਇੱਥੋਂ ਲਗਭਗ 11-12 ਕਿਲੋਮੀਟਰ ਮੇਰੇ ਪਿੰਡ ਆ ਏਰੀਏ ਦਾ। ਉੱਥੋਂ ਦਾ ਬੰਦਾ ਜਿਹੜਾ ਜੱਗਾ ਨਾ, ਮੈਂ ਨਾਂ ਦੱਸੀ ਜਾਂਦਾ, ਮਲੋਟ ਉਹਦੀ ਦੁਕਾਨ ਆ। ਉਹ ਬੰਦੇ ਨੇ ਮੈਨੂੰ ਫੋਨ ਕੀਤਾ, ਕਹਿੰਦਾ ਬਾਈ ਜੀ ਜਿਹੜੇ ਖਾਲਸਾ ਐਡ ਵਾਲੇ ਆ ਉਹ ਕਿਸਾਨਾਂ ਨੂੰ ਰੇਹਾਂ ਦੇ ਗੱਟੇ DAP ਦੇ ਗੱਟੇ ਚੁਕਾਈ ਜਾਂਦੇ ਆ, ਪਰ ਉੱਥੇ ਮਜ਼ਦੂਰ ਵੀ ਰਹਿੰਦੇ ਆ, ਮਜ਼ਦੂਰਾਂ ਨੂੰ ਤਾਂ ਕੁਛ ਮਿਲਿਆ ਨਹੀਂ। ਭਾਈ ਸਾਹਿਬ ਜੇ ਉੱਥੇ ਮੈਂ ਵੀ ਕਹਿੰਦਾ ਵੀ ਹਾਂ ਭਾਈ ਕਿੱਥੇ ਆ। ਹਾਲਾਂਕਿ ਖਾਲਸਾ ਨੂੰ ਸਾਰਿਆਂ ਦੀ ਸਪੋਰਟ ਕਰਨੀ ਚਾਹੀਦੀ ਸੀ, ਪਰ ਮੈਂ ਕਿਉਂ ਕਹਾਂ ਪੈਸਾ ਹੁਣ ਰੱਬ ਜਾਣੇ ਵੀ ਕਿੱਥੋਂ ਲਾਉਂਦੇ ਆ ਕਿੱਥੋਂ ਨਹੀਂ ਲਾਉਂਦੇ। ਜਿਹੜੇ ਪੈਸਾ ਦਿੰਦੇ ਆ ਤਾਂ ਉਹ ਗੱਲਾਂ ਕਰਨ, ਆਪਾਂ ਕੌਣ ਹੁੰਦੇ ਉਹਨਾਂ ਨੂੰ ਕਹਿਣ ਵਾਲੇ। ਹੁਣ ਮੈਂ ਇੰਨੀ ਗੱਲ ਇਹ ਜ਼ਰੂਰ ਕਹੂੰਗਾ ਕਿ ਭਾਈ ਸਾਹਿਬ ਜਦੋਂ ਰੱਬ ਨਾ ਕਰੇ ਕਿਸਾਨ 'ਤੇ ਵਿਪਤਾ ਪੈ ਜੇ ਉਦੋਂ ਮਜ਼ਦੂਰ ਖੜ ਜਾਂਦਾ, ਪਰ ਜਦੋਂ ਮਜ਼ਦੂਰ 'ਤੇ ਵਿਪਤਾ ਪੈਂਦੀ ਆਪਾਂ ਉਹਨੂੰ ਸੁਣਾਉਂਦੇ ਵੀ ਹਾਂ ਯਾਰ ਇਹ ਕਮਾਲ ਹੋ ਗਈ। ਆ 15-20 ਦਿਨ ਹੋਏ ਆ ਮੇਰੇ ਨਾਲ ਜ਼ਿਮੀਂਦਾਰ ਭਾਈਚਾਰਾ ਸੰਧੂ ਸੀ, ਉਹ ਗਏ ਆ ਮਜ਼ਦੂਰਾਂ ਨੂੰ ਪੱਠੇ ਦੇ ਕੇ ਆਏ ਆ, ਹੁਣ ਉਹ ਕੱਲ੍ਹ ਨੂੰ ਸੁਣਾਈ ਜਾਣ, ਉਹਦਾ ਕੀ ਬੈਨੀਫਿਟ ਆ? ਤੁਸੀਂ ਮੈਨੂੰ ਦੱਸ ਦਿਓ। ਜੇ ਗੱਲ ਇਹ ਆ ਕਿ ਭਾਈਚਾਰੇ ਦੀ ਗੱਲ ਆ, ਜਾਂ ਤੁਸੀਂ ਕਹਿੰਦੇ ਆ ਵੀ 2000 ਰੁਪਇਆ ਲੈਣ ਲਵਾਈ, ਮੈਂ ਕਹਿੰਦਾ 2-1500 ਫ੍ਰੀ ਲਾਉਣ। ਕਈ ਲਾਉਣਗੇ ਵੀ, ਯਾਦ ਰੱਖਿਆ ਜੇ ਗੱਲ, ਕਈ ਲਾਉਣਗੇ ਵੀ, ਕਈ 1500 ਚ ਵੀ ਲਾਉਣਗੇ, ਕਈ 5000 ਚ ਵੀ ਲਾਉਣਗੇ। ਮੈਂ ਇੱਥੇ ਵੀ ਬੇਨਤੀ ਕਰਦਾ ਕਿ ਜਿਹਦੇ ਕੋਲ 2-5 ਕਿੱਲੇ ਪੈਲੀ ਦੇ ਆ, ਉਹਦੀ ਪੈਲੀ ਦੇ ਵਿੱਚ ਪਾਣੀ ਆਇਆ, ਉੱਥੇ ਕੋਈ ਮਜ਼ਦੂਰ ਭਾਈਚਾਰਾ ਭਾਈ ਉਹਦੇ ਸੋਚ ਕੇ ਝੋਨਾ ਲਾਓ ਜੇ, ਕਿਉਂਕਿ ਉਹ ਪਹਿਲਾਂ ਵੀ ਮਰ ਚੁੱਕਿਆ, ਹੁਣ ਇਸ ਟਾਈਮ ਤੁਹਾਨੂੰ ਮੋਢਾ ਦੇਣ ਦੀ ਮਾੜੀ ਮੋਟੀ ਲੋੜ ਹੈ। ਪਰ ਜੇ ਗੱਲ ਕਰੀਏ ਭਾਈ ਸਾਹਿਬ, ਫਿਰ ਮੈਂ ਉਹੀ ਛਿੱਟੀਆਂ ਦੀ ਗੱਲ ਕਰਦਾ, ਉਹੀ ਤੂੜੀ ਦੀ ਗੱਲ ਕਰਦਾ, ਉਦੋਂ ਇਹ ਗੱਲ ਕਿੱਥੇ ਜਾ ਵੜਦੀ ਆ? ਉਦੋਂ ਵਾਹਨ ਦੇ ਵਿੱਚ ਕੱਖ ਤੱਕ ਨਹੀਂ ਮਿਲਦਾ। ਕਈ ਪਿੰਡ ਇਹੋ ਜਿਹਾ ਜਿੱਥੇ ਪੱਠੇ ਲੈ ਕੇ ਆਉਂਦੇ ਹਾਂ, ਅਸੀਂ ਖੁਦ ਪੱਠੇ ਲੈ ਕੇ ਆਉਂਦੇ ਹਾਂ ਪਸ਼ੂਆਂ ਵਾਸਤੇ, ਲੈ ਆਉਂਦਾ ਮੈਂ ਬੱਕਰੀਆਂ 'ਤੇ ਪੱਠੇ, ਕੋਈ ਰੋਕਦਾ ਨਹੀਂ। ਕੋਈ ਇਹੋ ਜਿਹਾ ਵਿਅਕਤੀ ਆ ਜਿਹੜਾ ਸਪਰੇਅ ਕਰ ਦਿੰਦਾ, ਕੋਈ ਵੱਟ ਨਹੀਂ ਚੜ੍ਹਨ ਦਿੰਦਾ, ਦੱਸੋ ਕੀ ਕਰੀਏ? ਭਾਈ ਸਾਹਿਬ ਗੱਲ ਸੱਚਾਈ ਦੀ ਕਰੋ, ਮੈਂ ਕਿਸੇ ਜ਼ਿਮੀਂਦਾਰ ਭਾਈਚਾਰੇ ਦੇ ਖਿਲਾਫ ਨਹੀਂ ਬੋਲ ਰਿਹਾ, ਜੱਟ ਸਾਡਾ ਭਰਾ, ਅਸੀਂ ਵੀ ਉਹਨਾਂ ਦੇ ਭਰਾ। ਜੇਕਰ ਮਜ਼ਦੂਰ ਨੂੰ ਜ਼ਿਮੀਂਦਾਰ ਦੀ ਲੋੜ ਆ ਤੇ ਮਜ਼ਦੂਰ ਨੂੰ ਵੀ ਜ਼ਿਮੀਂਦਾਰ ਦੀ ਲੋੜ ਆ, ਇਹ ਦੋਨਾਂ ਨੂੰ ਇੱਕ ਦੂਜੇ ਦੀ ਲੋੜ ਆ। ਯਾਦ ਰੱਖ ਲਓ, ਕਿਸਾਨ ਨੂੰ ਉਨੀ ਲੋੜ ਆ, ਮਜ਼ਦੂਰ ਨੂੰ ਵੀ ਕਿਸਾਨ ਦੀ ਉਨੀ ਲੋੜ ਆ। ਪਰ ਇਹ ਨਹੀਂ ਵੀ ਆਪਾਂ ਇੱਕ ਦੂਜੇ ਨੂੰ ਲਾਹਨਤਾਂ ਪਾ ਦਾਂਗੇ, ਅਸੀਂ ਲੰਗਰ ਪਹੁੰਚਾਤੇ ਘਰਾਂ ਦੇ ਵਿੱਚ। ਇਹ ਸਰਕਾਰ ਬੇਕਾਰ ਆ, ਚਾਹੇ ਕੋਈ ਸਰਕਾਰ ਹੋਵੇ, ਸਰਕਾਰ ਨੂੰ ਬਣਾਉਂਦੇ ਆ ਲੋਕ, ਪਰ ਉਹ ਆਸਾਂ ਤੁਹਾਡੇ ਵਰਗਿਆਂ ਤੇ ਰੱਖ ਲੈਂਦੇ ਆ, ਜਿਹੜੇ ਦਾਨੀ ਸੱਜਣ ਉਹਨਾਂ ਤੇ ਰੱਖ ਲੈਂਦੇ ਆ। ਹਾਲਾਂਕਿ ਮੈਂ ਕਹਿੰਦਾ ਸਰਕਾਰ ਨਾਲੋਂ ਤਾਂ ਦਾਨੀ ਸੱਜਣ ਚੰਗੇ, ਉਹ ਸਾਡੇ ਜਿਹੜੇ ਵੀਰ 7 ਸਮੁੰਦਰੋਂ ਪਾਰ ਬੈਠੇ ਉਹ ਚੰਗੇ। ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ, ਸਰਕਾਰ ਦਾ ਫਰਜ਼ ਹੁੰਦਾ। ਉਹ ਦੱਸ ਰਹੇ ਸੀ ਉਹਦੇ ਜਿੱਦੇ ਝੋਟੇ ਦਾ ਇਕੱਠ ਕੀਤਾ ਸੀ, ਉਹਦੇ ਵਿੱਚ ਇੱਕ ਸੱਜਣ ਨੇ ਦੱਸਿਆ ਕਿ ਪੈਸਾ ਆ 200 ਪਤਾ ਨਹੀਂ ਕਿੰਨੇ ਕਰੋੜ, ਇਹਨਾਂ ਨੇ ਕਿਹਾ ਤੱਕ 30-35 ਕਰੋੜ ਰੁਪਈਆ ਬਜਟ ਦਿੱਤਾ ਇਹਨਾਂ ਨੇ ਉਹਦੇ ਵਾਸਤੇ, ਆਪਣੇ ਹਰ ਪੀੜਤਾਂ ਵਾਸਤੇ। ਇਹ ਸਰਕਾਰ ਦੀਆਂ ਨਾਕਾਮਯਾਬੀਆਂ ਜਿਹੜੀਆਂ ਲੋਕਾਂ ਦੇ ਅਧੀਨ ਕਰ ਦਿੰਦੀਆਂ ਲੋਕਾਂ। ਇਹ ਮੇਰੀ ਫਿਰ ਤੋਂ ਬੇਨਤੀ ਹੈ ਇਹ
कि यह सानू भाईचारा बनाउण वास्ते एक दूजे की समझ नहीं पाऊगी। अज जे किसानां नू लोड़ा मजदूरां दी मजदूर साथ देण, फिर जदों नरमा हुंदा तां उदों सिला चुगण नहीं दित्ता जांदा, पहला सिला चुगदे सी। आपां वी वीडियो वेखणे आ इक जदों छिट्टे चुगण जांदे, जे तुहाडे बल्लियां कह दिंदे इधरले एरिए दे विच, ते बल्लियां चुगण वास्ते कईआं नू कुट्टां पै जांदियां। ਇਹ ਚੀਜ਼ਾਂ ਆਪਾਂ ਉਦੋਂ ਨਹੀਂ ਆਪਾਂ ਬੋਲਦੇ ਉਦੋਂ ਆਪਾਂ ਨੂੰ ਬੋਲਣਾ ਚਾਹੀਦਾ। ਉਦੋਂ ਇਹ ਨਾ ਸੋਚਿਆ ਕਰੋ ਵੀ ਇਹ ਜ਼ਿਮੀਦਾਰ ਦੀ ਗਲਤੀ ਹੋਗੀ। ਨਹੀਂ, ਇਹ ਜ਼ਿਮੀਦਾਰ ਦੀ ਗਲਤੀ ਨਹੀਂ ਗੀ, ਇਹਦਾ ਮਤਲਬ ਇਹ ਆ ਉਹਦੇ ਵਿੱਚ ਇਨਸਾਨੀਅਤ ਹੈ ਨਹੀਂ, ਉਹਦੀ ਗਲਤੀ ਆ। ਕਈ ਇਹੋ ਜਿਹੇ ਜ਼ਿਮੀਦਾਰ ਬੈਠੇ ਆ ਸਾਡਾ ਜੱਟ ਭਾਈਚਾਰਾ, ਜਿਹੜਾ ਜਮਾਂ ਗਰੀਬ ਘਰਾਂ ਨੂੰ ਕਣਕਾਂ ਦੇ ਕੇ ਆਉਂਦਾ, ਘਰਾਂ ਦੇ ਵਿੱਚ ਨਹੀਂ ਸੁਣਾਉਂਦੇ, ਅਗਲੇ ਨਹੀਂ ਪਾਉਂਦੇ ਵੀਡੀਓ। ਮੈਂ ਝੂਠ ਕਹਿ ਰਿਹਾ, ਤੁਸੀਂ ਦੱਸੋ ਕਈ ਇਹੋ ਜਿਹੇ ਜ਼ਿਮੀਦਾਰ ਭਾਈਚਾਰੇ ਆ, ਬੰਦੇ ਤਾਂ ਜ਼ਿਮੀਦਾਰਾਂ ਦੇ ਹੀ ਆ ਜਿਹੜੇ ਵਿਚਾਰੇ ਬਾਹਰ ਗਏ ਆ, ਮਜ਼ਦੂਰ ਤਾਂ ਛੇਤੀ ਕਿਤੇ ਬੋਲਦਾ ਨਹੀਂ ਉੱਥੇ। ਉਹ ਜਦੋਂ ਕੁੜੀਆਂ ਦੇ, ਗਰੀਬ ਕੁੜੀਆਂ ਦੇ ਵਿਆਹ ਹੁੰਦੇ ਆ, ਉਦੋਂ ਕਈ ਲੱਖ ਲੱਖ ਰੁਪਈਆ, ਡੇਢ ਡੇਢ ਲੱਖ ਰੁਪਈਆ, ਪੰਜਾਂ ਪੰਜਾਂ ਹਜ਼ਾਰ ਰੁਪਏ ਜਿੰਨੇ ਅਗਲੇ ਦੀ ਉਹ ਬਣਦੀ, ਅਗਲੇ ਦੇ ਕਰਦੇ ਮਦਦ, ਕਿਵੇਂ ਕਹਿ ਦੀਏ, ਪਰ ਉਹ ਸੁਣਦੇ ਨਹੀਂ ਗੇ। ਮੇਰੀ ਇਹ ਬੇਨਤੀ ਆ, ਮਜ਼ਦੂਰ ਉਹਨਾਂ ਦੀ ਮਿਹਨਤ ਬਣਦੀ ਆ। ਹਾਂ, ਇਹ ਆਪਾਂ ਗਿਲਾ ਸ਼ਿਕਵਾ ਤਾਂ ਕਰਦੇ ਚੰਗੇ ਲੱਗਦੇ ਸੀ, ਜੇਕਰ ਸਾਡਾ ਕਿਸਾਨ ਭਾਈਚਾਰਾ ਜਦੋਂ ਤੂੜੀ ਦੀ ਗੱਲ ਆਉਂਦੀ ਹੈ ਤਾਂ ਤੂੜੀ ਕਵੇ ਭਾਈ ਤੇਲ ਤੇਰਾ, ਟਰੈਕਟਰ ਮੇਰਾ, ਤਾਂ ਜਿਹੜਾ 500-700 ਮੈਂ ਟੁੱਟ ਭੱਜ ਲਊਂਗਾ ਜਾਂ 1000 ਲਊਂਗਾ ਤੇਰੇ, ਮੈਂ ਉਹ ਕਰ ਦਿੰਦਾ 1200-1500 ਦੇ ਵਿੱਚ, ਉਹ ਜਿਹੜਾ ਕਹਿ ਲਓ ਵੀ ਤੂੜੀ ਸਿੱਟ ਕੇ ਆਵੇ। ਇਹ ਤਾਂ ਗੱਲ ਉਹ ਹੋਈ ਪਈ ਆ ਵੀ ਸਰਕਾਰ ਲੋਕਾਂ ਦੇ ਨਾਲ ਤਾਂ ਖੜਦੀ ਨਹੀਂ, ਸਰਕਾਰ ਕੱਲ੍ਹ ਨੂੰ ਕਵੇ ਸਾਡੇ ਨਾਲ ਖੜੋ ਤੁਸੀਂ। ਜਿਵੇਂ ਕਿ ਰੇਤੇ ਦੀ ਟਰਾਲੀ ਆ, ਅੱਜ 12-13 ਹਜ਼ਾਰ ਰੁਪਏ ਦੀ ਟਰਾਲੀ ਮਿਲੀ ਜਾਂਦੀ ਆ, ਅੱਜ 12-13 ਹਜ਼ਾਰ ਰੁਪਏ ਦੀ ਟਰਾਲੀ ਮਿਲੀ ਜਾਂਦੀ ਆ। ਕੱਲ੍ਹ ਨੂੰ ਸਰਕਾਰ 'ਤੇ ਬਿਪਤਾ ਪਵੇ, ਉਹ ਸਰਕਾਰ ਕਹਿੰਦੇ ਵੀ ਸਾਡੇ ਨਾਲ ਖੜੋ, ਇਹ ਗੱਲਾਂ ਨਹੀਂ ਬਣਦੀਆਂ। ਜਿੰਨੀ ਕੁ ਸਰਕਾਰ ਖੜਦੀ ਉਹਨਾਂ ਕੋਲ ਖੜ ਗਿਆ। ਮੈਂ ਫਿਰ ਤੋਂ ਕਹਿ ਰਿਹਾ, ਮੈਂ ਕਿਸੇ ਵੀ ਜ਼ਿਮੀਦਾਰ ਭਾਈਚਾਰੇ ਦੇ ਖਿਲਾਫ਼ ਨਹੀਂ ਬੋਲਦਾ। ਮੈਂ ਫਿਰ ਤੋਂ ਕਹਿ ਰਿਹਾ, ਜਿਨ੍ਹਾਂ ਦੇ ਵਿਚਾਰਿਆਂ ਦੇ 4-5 ਕਿੱਲੇ ਆ, 6 ਕਿੱਲੇ ਆ, ਅਗਲੇ ਦੀ ਹਾਲਤ ਵੇਖਿਆ ਜੇ, ਉਹ ਹਿਸਾਬ ਨਾਲ ਝੋਨਾ ਲਾਓ। ਜੇ ਤੁਹਾਨੂੰ ਘਾਟਾ ਨਾ ਪਵੇ, ਅਗਲੇ ਨੂੰ ਵੀ ਘਾਟਾ ਨਾ ਪਵੇ, ਯਾਦ ਰੱਖ ਲਊਗਾ। ਮੇਰੇ ਵੀਰੋ, ਜੇ ਆਪਾਂ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਕਿ ਭਾਈਚਾਰਾ ਕਿਵੇਂ ਆਪਣਾ ਵਾਧਾ ਰਹੂਗਾ ਜਦੋਂ ਨਰਮਾ ਹੁੰਦਾ, ਛਿਟਿੰਗ ਉਦੋਂ ਕਿਆ ਕਰ, ਪੱਟੋ ਮਜ਼ਦੂਰ, ਕੋਈ ਗੱਲ ਨਹੀਂ, ਅਸੀਂ ਨਾਲ ਖੜੇ ਹਾਂ। ਸਾਡੀ ਫਸਲ ਦੇ ਵਿੱਚ ਜੇਕਰ ਪੱਠੇ ਖੜੇ ਆ ਜਿਹੜੇ ਆਪਣੇ ਆਪ ਉੱਗਰਦੇ ਆ, ਇੱਕ ਤਾਂ ਜਵਾਰ, ਇੱਕ ਤਾਂ ਬੀਜੇ ਜਾਂਦੇ, ਇੱਕ ਆਪਣੇ ਆਪ ਜਿਹੜੇ ਉੱਗਰਦੇ ਆ, ਉਹਨਾਂ 'ਤੇ ਸਪਰੇਅ ਕਰਾਉਣੀ ਬੰਦ ਕਰਾਓ ਵੀ ਹਾਂ ਭਾਈ ਇੰਨੇ ਆਪਣੇ ਵਾਹਨ ਦੇ ਵਿੱਚ ਪੱਠੇ ਹੋਏ ਪਏ ਆ, ਕੋਈ ਵੀ ਜਾ ਕੇ ਲਿਆਓ, ਆਪਣਾ ਕੋਈ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ। ਉੱਥੇ ਲੱਗਦਾ ਕਿ ਜਿਹੜਾ ਇਹੋ ਜਿਹੇ ਬੰਦਿਆਂ ਨਾਲ, ਭਾਈ ਮਜ਼ਦੂਰ ਵੀ ਜੇਕਰ ਉਹ ਦਗਾ ਕਮਾਉਂਦਾ ਤਾਂ ਉਹਦੇ ਵਰਗਾ ਫਿਰ ਪਾਪੀ ਕੋਈ ਨਹੀਂ। ਇਹ ਆਪਾਂ ਨੂੰ ਗੱਲਾਂ ਸੋਚਣੀਆਂ, ਆਪਾਂ ਇੱਕ ਇੱਕ ਯਾਰ ਉਹ ਚੀਜ਼ 'ਤੇ ਬੋਲ ਲੈਂਦੇ ਜਦੋਂ ਆਪਾਂ ਮਜ਼ਦੂਰ ਨੂੰ ਘਾਟਾ ਪੈ ਜਾਂਦਾ, ਖੁਦ ਬੋਲਦੇ ਨਹੀਂ। ਪਰ ਵੀਰ ਮੇਰੇ ਉਹ ਗੱਲ ਸਮਝ ਨਹੀਂ ਪਊਗੀ, ਮੈਂ ਜੇ ਗੱਲ ਗਲਤ ਕਿਹਾ ਤਾਂ ਉਹਦੇ ਵਿੱਚ ਦੱਸ ਦਿਆ ਜੇ। ਸਾਡੇ ਜ਼ਿਮੀਦਾਰ ਭਾਈਚਾਰੇ ਨੂੰ ਬਹੁਤ ਨੁਕਸਾਨ ਹੋਇਆ, ਅਤੇ ਔਰ ਜ਼ਿਮੀਦਾਰ ਨੂੰ ਨਹੀਂ, ਉਹ ਸਾਨੂੰ ਨੁਕਸਾਨ ਹੋਇਆ। ਕਿਉਂਕਿ ਜੇ ਭਰਾਵਾ ਜ਼ਿਮੀਦਾਰ ਦੇ ਟਮਾਟਰ ਖਿਲਰ ਗਏ ਤਾਂ ਟਮਾਟਰ ਸਾਨੂੰ ਆ 250 ਰੁਪਏ ਕਿਲੋ ਮਿਲਣੇ ਆ। ਜੇਕਰ ਉਹਦੀ ਕਣਕ ਬਰਬਾਦ ਹੋ ਗਈ, ਉਹ ਕਣਕ ਸਾਨੂੰ ਮਹਿੰਗੀ ਮਿਲਣੀ ਆ। ਜੇਕਰ ਉਹਦਾ ਨਰਮਾ ਤਬਾਹ ਹੋ ਗਿਆ ਤਾਂ ਸਾਨੂੰ ਕੱਪੜੇ ਮਹਿੰਗੇ ਮਿਲਣੇ ਆ। ਜੇਕਰ ਉਹਦੀਆਂ ਸਬਜ਼ੀਆਂ ਬਰਬਾਦ ਹੋ ਗਈਆਂ ਤਾਂ ਸਾਨੂੰ ਸਬਜ਼ੀਆਂ 120-120 ਰੁਪਏ ਕਿਲੋ ਮਿਲਣਗੀਆਂ। ਇਹ ਕਿਸਾਨ ਕਿਸੂਨ ਪਾਸੇ ਕੱਢ ਦਿਓ, ਇਹਦਾ ਨੁਕਸਾਨ ਤਾਂ ਕਿ ਲੋਕਾਂ ਦਾ ਆ ਜਾਂਦਾ, ਕਿਸਾਨ ਦਾ ਨੁਕਸਾਨ ਘੱਟ ਆ, ਲੋਕਾਂ ਦਾ ਜ਼ਿਆਦਾ ਆ ਜਾਂਦਾ। ਸਾਡੇ ਕਿਸਾਨ ਨੂੰ ਸੋਚਣ ਦੀ ਲੋੜ ਆ, ਛੱਲੀ ਇਹਨਾਂ ਤੋਂ 2 ਰੁਪਈਆਂ ਦੀ ਲੈ ਕੇ ਅਸੀਂ 20-20 ਰੁਪਈਆਂ ਦੀ ਛੱਲੀ ਖਾਂਦੇ ਹੋ, ਮੈਂ ਕਹਿੰਦਾ ਖੁਦ ਕਹਿੰਦਾ। ਪਰ ਜਿੱਥੇ ਧੱਕੇ ਦੀ ਗੱਲ ਆਊਗੀ, ਕਹਿੰਦਾ ਧੱਕੇ ਤਾਂ ਵੱਡੇ ਬਾਈ ਇਹਨਾਂ ਨੂੰ ਪੈਂਦੇ ਹੀ ਪੈਂਦੇ ਆ, ਮਜ਼ਦੂਰਾਂ ਨੂੰ ਬਹੁਤ ਕਾਫੀ ਜ਼ਿਆਦਾ ਪੈਂਦੇ ਆ ਧੱਕੇ। ਮੈਂ ਫਿਰ ਤੋਂ ਕਹਿ ਰਿਹਾ ਕਿ ਜਦੋਂ ਹੁਣ ਨਰਮਾ ਆਊਗਾ, ਛਿੱਟੀਆਂ ਇਹਨਾਂ ਦੇ ਨਾਂ ਕਰ ਦਿਓ, ਜਦੋਂ ਕਣਕ ਆਉਣੀਆਂ ਤੂੜੀਆਂ ਇਹਨਾਂ ਦੇ ਨਾਂ ਕਰ ਦਿਓ। ਤੂੜੀ ਆਪ ਨੂੰ ਵੀ ਤੁਹਾਨੂੰ ਚਾਹੀਦੀ, ਪਰ ਵੱਡੇ ਵੱਡੇ ਕੁੱਪ ਲਾ ਕੇ ਰਹਿੰਦੇ ਆ, ਵੱਡੇ ਬਾਈ ਰਾਜਸਥਾਨ ਤੂੜੀਆਂ ਵੇਚਦੇ ਆ, ਉਦੋਂ ਕਿਉਂ ਨਹੀਂ ਕੋਈ ਬੋਲਿਆ। ਫਿਰ ਤੋਂ ਕਹਿ ਰਿਹਾ, ਕੋਈ ਵੀ ਬੰਦਾ ਇਸ ਵੀਡੀਓ ਨੂੰ ਗਲਤ ਨਾ ਪਾਵੇ, ਮੈਂ ਕਿਸੇ ਵੀ ਭਾਈਚਾਰੇ ਦੇ ਖਿਲਾਫ਼ ਨਹੀਂ ਬੋਲਦਾ, ਮੈਨੂੰ ਦੋਨੇ ਇੱਕੋ ਜਿਹੇ ਆ। ਪਰ ਗੱਲ ਜੇ ਸੱਚਾਈ ਦੀ ਕਰੀਏ ਤਾਂ ਮੈਂ ਸੱਚਾਈ ਬੋਲਤੀ ਆ। ਅਗਲੀ ਵਾਰੀ ਨਾ ਕੱਪ ਲਾਉਂਦੇ ਹੋ, ਜੇ ਘੱਲੋ ਮਜ਼ਦੂਰਾਂ ਦੇ, ਜਿੱਥੇ ਵਿਚਾਰਿਆਂ ਨੇ ਪਸ਼ੂ ਵੇਚਤੇ ਮਜ਼ਦੂਰਾਂ ਨੇ, ਤੁਹਾਨੂੰ ਇਹ ਚੀਜ਼ ਤਾਂ ਪਤਾ ਨਹੀਂ ਜੇ ਪਸ਼ੂ ਵੇਚੇ ਆ, ਆਪਣੇ ਬੱਚੇ ਜ਼ਹਿਰੀਲਾ ਦੁੱਧ ਪੀ ਰਹੇ ਆ, ਫਲਾਨੇ ਪੈਕਟ ਵਾਲਾ ਦੁੱਧ ਲਿਆਓ, 10 ਰੁਪਈਆਂ ਦਾ 100 ਦਿਨ ਖਰਾਬ ਨਹੀਂ ਹੁੰਦਾ, ਕੈਮੀਕਲ ਆ। ਨੁਕਸਾਨ ਪੰਜਾਬ ਦਾ ਹੋ ਰਿਹਾ, ਚਾਹੇ ਉਹ, ਮੈਂ ਕੋਈ ਜਾਤ ਨਹੀਂ ਵੇਖੂੰਗਾ ਪੰਜਾਬ ਦੇ ਵਿੱਚ, ਮੈਂ ਪੰਜਾਬ ਦਾ ਪੰਜਾਬੀ ਵੇਖੂੰਗਾ, ਪਰ ਨੁਕਸਾਨ ਪੰਜਾਬੀਆਂ ਦਾ ਹੋ ਰਿਹਾ ਇੱਕ ਦੂਜੇ ਨਾਲ ਲੜ ਲੜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸੱਜਣ ਨੇ ਬੋਲਿਆ, ਮੇਰੀ ਉਹਦੇ ਨਾਲ ਵੀ ਕੋਈ ਗਿਲਾ ਸ਼ਿਕਵਾ ਨਹੀਂ, ਸਿਰਫ ਮੈਂ ਗੱਲਾਂ ਦਾ ਜਵਾਬ ਦਿੱਤਾ।